ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਤੇ ਕੋਵਿਡ-19 ਦੇ ਪੱਖ ਤੋਂ ਹੈ ਕਿਉਂਕਿ ਆ ਜਿਹੜੀ ਪੰਜਵੀਂ ਵੇਵ ਚੱਲ ਰਹੀ ਆ ਨਾ ਓਮੀਕਰੋਨ ਵਾਲੀ ਇਹਦਾ ਕਰਕੇ ਹਸਪਤਾਲਾਂ ਦੇ ਵਿੱਚ ਕੇਸਸ ਜਿਹੜੇ ਆ ਉਹ ਬਹੁਤ ਵਧ ਰਹੇ ਨੇ ਹਸਪਟਲਾਈਜ਼ੇਸ਼ਨ ਜਿਆਦਾ ਹੋਣ ਕਾਰਨ ਉਥੇ ਜਿਹੜੇ ਕੰਮ ਕਰ ਰਹੇ ਨੇ ਲੋਕ ਨਰਸਸ ਤੇ ਡਾਕਟਰ ਉਹਨਾਂ ਤੇ ਬੜਾ ਸਟ्रेस ਹੋ ਰਿਹਾ ਹੈ ਤੇ ਹੁਣ ਜਿਹੜੀ ਅਲਬਰਟਾ ਦੀ ਸਰਕਾਰ ਹੈ ਤੇ ਅਲਬਰਟਾ ਹੈਲਥ ਸਿਸਟਮ ਨੇ ਇਹੋ ਮਤਲਬ ਜਿਹੜੀ ਉਹਨਾਂ ਤੇ ਇੰਨੀ ਟੈਨਸ਼ਨ ਵਧੀ ਜੀ ਉਹਨੂੰ ਘਟਾਉਣ ਲਈ ਉਹਨਾਂ ਕਿਹਾ ਵੀ ਜਿਹੜੀਆਂ ਨਰਸਸ ਟ੍ਰੇਨਿੰਗ ਲੈ ਰਹੀਆਂ ਹਜੇ ਕਾਲਜ ਦੇ ਵਿੱਚ ਸਟੂਡੈਂਟ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਐਕਸਪਰਟਾਈਜ਼ ਕਰਕੇ ਉਹਨਾਂ ਦੀ ਟ੍ਰੇਨਿੰਗ ਨੂੰ ਹਸਪੀਟਲਸ ਦੇ ਵਿੱਚ ਉਹਨਾਂ ਨੂੰ ਡਿਪਲੋਏ ਕੀਤਾ ਜਾਵੇ ਐ ਅਲਬਰਟਾ ਹੈਲਥ ਸਿਸਟਮ ਦਾ ਇਹ ਵੀ ਕਹਿਣਾ ਕਿ ਕੁਝ ਆਲਰੇਡੀ ਸਟੂਡੈਂਟ ਨਰਸਸ ਜਿਹੜੀਆਂ ਹੈਗੀਆਂ ਉਹ ਹਸਪਤਾਲਾਂ ਦੇ ਵਿੱਚ ਕੰਮ ਕਰ ਰਹੀਆਂ ਨੇ ਪਰ ਕੁਝ ਜਿਹੜੇ ਐਮਰਜੈਂਸੀ ਵਾਲੇ ਡਾਕਟਰ ਨੇ ਜਿਹੜੇ ਉੱਥੇ ਕੰਮ ਕਰ ਰਹਾ ਉਹ ਇਸ ਗੱਲ ਤੇ ਚਿੰਤਾ ਪ੍ਰਗਟਾ ਰਹੇ ਨੇ ਉਹ ਕਹਿੰਦੇ ਵੀ ਜਿਹੜੇ ਆ ਜਿਹੜੇ ਸਟੂਡੈਂਟ ਆ ਉਹਨਾਂ ਕੋਲ ਓਨੀ ਡੈਪਥ ਨਹੀਂ ਹੁੰਦੀ ਉਹਨਾਂ ਉਹਨਾਂ ਨੂੰ ਸਾਰੀ ਗਲਬਤ ਦਾ ਆ ਅਦਾਰ ਨਹੀਂ ਪਤਾ ਹੈ ਤੇ ਉਹਨਾਂ ਨੂੰ ਅਸੀਂ ਉਥੇ ਪੇਸ਼ੈਂਟ ਕੇਅਰ ਲਈ ਲਿਆ ਕੇ ਲਾ ਰਹੇ ਆ ਚਿੰਤਾ ਵਾਲਾ ਵਿਸ਼ਾ ਹੈ ਉਹ ਕਹਿੰਦੇ ਵੀ ਉਹਨਾਂ ਨੂੰ ਕੱਲਿਆਂ ਕਦੇ ਵੀ ਇੱਕ ਪੇਸ਼ੈਂਟ ਦੀ ਕੇਅਰ ਲਈ ਨਹੀਂ ਛੱਡਣਾ ਚਾਹੀਦਾ ਇਹਨਾਂ ਨਰਸਸ ਨੂੰ ਔਰ ਦੂਸਰੇ ਪਾਸੇ ਜਿਹੜੇ ਅਲਬਰਟਾ ਹੈਲਥ ਸਰਵਿਸਸ ਵਾਲੇ ਆ ਜੀ ਉਹ ਕਹਿੰਦੇ ਵੀ ਜਿਹੜੇ ਟ੍ਰੇਨਡ ਡਾਕਟਰ ਤੇ ਨਰਸਸ ਹੈ ਉਹ ਇਹਨਾਂ ਲੋਕਾਂ ਨੂੰ ਉਥੇ ਜੌਬ ਤੇ ਔਨ ਸਾਈਟ ਜਿਵੇਂ ਹੁੰਦਾ ਵੀ ਟ੍ਰੇਨਿੰਗ ਦੇਣਗੇ ਪਰ ਡਾਕਟਰ ਮਿਥਾਨੀ ਹਰਾਂ ਦਾ ਕਹਿਣਾ ਆ ਉਹ ਕਹਿੰਦੇ ਜੀ ਵੀ ਉਹ ਡਾਕਟਰ ਤੇ ਨਰਸਸ ਆਲਰੇਡੀ ਹੀ ਬੜੇ ਸਟ੍ਰੈਸਡ ਆਊਟ ਨੇ ਥੈਨ ਆਊਟ ਹੋਇਆ ਅਸੀਂ ਉਹਨਾਂ ਤੇ ਹੁਣ ਹੋਰ ਇਹ ਜਿਹੜਾ ਕੰਮ ਕਰਦਾ ਬੋਝ ਪਾਵਾਂਗਾ ਤੇ ਉਹ ਹੋਰ ਲੋਕ ਜਿਹੜੇ ਆ ਜੀ ਔਖੇ ਹੋਣਗੇ ਦੱਸਿਆ ਜਾ ਰਿਹਾ ਵੀ ਇਸ ਵੇਲੇ ਕੋਈ 5% ਜਿਹੜੇ ਹੈ ਨੇ ਜੀ ਉਹ ਲੋਕ ਕਮਾਂ ਕਰਾਂ ਤੋਂ ਛੁੱਟੀ ਲੈ ਰਹੇ ਨੇ ਛੁੱਟੀ ਕੀ ਮਤਲਬ ਬਿਮਾਰ ਹੋਏ ਉਹ ਦੱਸ ਰਹੇ ਵੀ ਅਸੀਂ ਠੀਕ ਨਹੀਂ ਆ ਰਹੇ तकरीबन 5500 ਬੰਦਾ ਜੀ ਇਹ ਅਲਬਰਟਾ ਹੈਲਥ ਸਰਵਿਸਸਾਂ ਵਾਲਿਆਂ ਦਾ ਕਹਿਣਾ ਤੇ ਨਾਲ ਦੇ ਨਾਲ ਉਹ ਕਹਿੰਦੇ 18 ਤੋਂ 20% ਜਿਹੜੇ ਆ ਜੀ ਆਪਣੀਆਂ ਸ਼ਿਫਟਾਂ ਮਿਸ ਕਰ ਰਹੇ ਨੇ ਕਿਉਂਕਿ ਉਹ ਖੁਦ ਢਿੱਲੇ ਮੱਠੇ ਨੇ ਹਾਂ ਇਸ ਕੋਵਿਡ-19 ਦੇ ਕਾਰਨ ਜਾਂ ਉਥੇ ਕੰਮਕਾਰ ਦੇ ਵਿੱਚ ਇੰਨੇ ਬਰਨਆਊਟ ਹੋਏ ਆ ਪਈ ਉਹ ਆਪਣੀਆਂ ਸ਼ਿਫਟਾਂ ਜਿਹੜੀਆਂ ਜੀ ਮਿਸ ਕਰ ਰਹੇ ਨੇ ਡਾਕਟਰ ਰਾਜ ਸ਼ਰਮਨ ਹੁਰੀ ਜਿਹੜੇ ਕਿਸੇ ਸਮੇਂ ਹੈਲਥ ਮਿਨਿਸਟਰ ਵੀ ਹੋਇਆ ਕਰਦੇ ਸੀਗੇ ਉਹਨਾਂ ਦਾ ਕਹਿਣਾ ਆ ਵੀ ਇੱਥੇ ਜਿਹੜਾ ਐਸ ਵੇਲੇ ਸਟੂਡੈਂਟ ਨਰਸਸ ਨੂੰ ਲਿਆਉਣਾ ਉਹ ਕਹਿੰਦੇ ਇਸ ਗੱਲ ਦਾ ਸੰਕੇਤ ਆ ਵੀ ਇੰਨੀ ਬੁਰੀ ਹਾਲਤ ਆ ਹਸਪਤਾਲਾਂ ਦੇ ਵਿੱਚ ਅ ਭਈ ਸਾਨੂੰ ਇੱਕ ਕ੍ਰਾਈਸਿਸ ਵਾਲੀ ਸਿਚੁਏਸ਼ਨ ਬਣੀ ਹੋਈ ਆ ਅ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੇਸਸ ਆ ਜੇ ਹੋਰ ਵਧਣਿਆ ਪੀਕ ਹੋਵੇਗੀ ਇਸੇ ਲਈ ਜਿਹੜੇ ਜੇਸਨ ਕੈਨੀ ਹੋ ਰਹੀ ਹੈ ਜੀ ਪ੍ਰੀਮੀਅਰ ਉਹ ਕਹਿ ਰਿਹਾ ਵੀ ਅਸੀਂ ਇਹਨਾਂ ਨਰਸਸ ਨੂੰ ਇੱਥੇ ਇਸ ਵੇਲੇ ਲਿਆ ਰਹੇ ਹਾਂ ਕਿਉਂਕਿ ਉਹ ਥੋੜੀ ਉਹ ਕਹਿੰਦੇ ਵੀ ਜਿਹੜੇ ਕੇਸ ਵਧਣ ਤੋਂ ਬਾਅਦ ਫੇਰ ਕੇਸ ਥੱਲੇ ਜਾਣੇ ਸ਼ੁਰੂ ਹੋ ਜਾਣਗੇ ਸੋ ਗੱਲ ਕੀ ਜੀ ਵੀ ਹੁਣ ਜਿਹੜੀਆਂ ਸਟੂਡੈਂਟ ਨਰਸਸ ਆ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਡਿਪਲੋਏ ਕੀਤਾ ਜਾ ਜਾ ਰਿਹਾ ਔਰ ਜਿਹੜੇ ਡਾਕਟਰ ਨੇ ਤੇ ਜਿਹੜੀਆਂ ਨਰਸਸ ਨੇ ਉਹ ਥੋੜੇ ਵਰੀਡ ਨੇ ਇਸ ਗੱਲ ਲਈ ਕਿ ਕੀ ਉਹ ਪ੍ਰੋਪਰ ਜਿਹੜੀ ਆ ਜੀ ਕੇਅਰ ਦੇ ਸਕਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ